ਵੈਲਕਮ ਟੂ ਆਲ ਆਫ ਦੀ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਦੇ ਉੱਤੇ ਔਰ ਗੱਲ ਕਰਾਂਗੇ ਪੰਜਾਬ ਪੁਲਿਸ ਭਰਤੀ ਦੇ ਨਾਲ ਸੰਬੰਧਿਤ ਜਿੰਨੇ ਵੀ ਤੁਸੀਂ ਪੰਜਾਬ ਪੁਲਿਸ ਦੀ ਭਰਤੀ ਚਾਹੇ ਮੁੰਡੇ ਚਾਹੇ ਕੁੜੀਆਂ ਜਿਹੜੇ ਕਿ ਆਪਣੀ ਇੱਛਾ ਰੱਖਦੇ ਆ ਤਾਂ ਇਹ ਵੀਡੀਓ ਨੂੰ ਪੂਰਾ ਸੁਣੋਗੇ ਤਾਂ ਹੀ ਤੁਸੀਂ ਜਿਹੜਾ ਪੰਜਾਬ ਪੁਲਿਸ ਦੀ ਭਰਤੀ ਦੇ ਲਈ ਐਲੀਜੀਬਲ ਹੋਵੋਗੇ ਠੀਕ ਹੈ ਬਹੁਤ ਸਾਰਿਆਂ ਨੂੰ ਸ਼ੌਂਕ ਹੁੰਦਾ ਕਿ ਪੰਜਾਬ ਪੁਲਿਸ ਦੀ ਭਰਤੀ ਉਹ ਵੇਟ ਕਰੀ ਜਾਂਦੇ ਆ ਪਰ ਹੁਣ ਇਹ ਮੌਕਾ ਹੱਥੋਂ ਨਾ ਲੰਘ ਜੇ ਤੁਹਾਡੇ ਠੀਕ ਹੈ ਤਿਆਰੀ ਕਿਵੇਂ ਕਰਨੀ ਹੈ ਸਿਲੇਬਸ ਕੀ ਹੈ ਕਿਹੜੇ ਕਿਹੜੇ ਸਬਜੈਕਟ ਹੈ ਇੱਕ ਇੱਕ ਚੀਜ਼ ਡਿਸਕਸ ਕਰਾਂਗੇ ਇਹ ਵੀਡੀਓ ਲਗਭਗ 15 ਮਿੰਟਾਂ ਦੀ ਹੋ ਸਕਦੀ ਹੈ ਔਰ ਇਸ ਵੀਡੀਓ ਦੇ ਵਿੱਚ ਤੁਸੀਂ ਜਿਹੜਾ ਪ੍ਰੋਪਰ ਐਂਡ ਤੱਕ ਦੇਖਿਓ ਕਿਹੜੀਆਂ ਬੁੱਕਸ ਸਭ ਤੋਂ ਬੈਸਟ ਹੋਣਗੀਆਂ ਹਾਈਟ ਕਿੰਨੀ ਹੈ ਕੱਦ ਕਿੰਨਾ ਹੈ ਅਫੀਸ਼ੀਅਲ ਨੋਟੀਫਿਕੇਸ਼ਨ ਦੇ ਅਕੋਰਡਿੰਗ ਗੱਲ ਕਰਾਂਗੇ ਬਿਲਕੁਲ ਹੋਰ ਨਵੀਆਂ ਚੇਂਜਸ ਕਦੋਂ ਆਉਣਗੀਆਂ ਪੇਪਰ ਪਹਿਲਾਂ ਹੁੰਦਾ ਜਾਂ ਬਾਅਦ ਚ ਹੋਊਗਾ ਸਾਰਾ ਕੁਝ ਤੁਹਾਨੂੰ ਦੱਸਾਂਗੇ ਤੇ ਤਿਆਰੀ ਬਿਲਕੁਲ ਤੁਸੀਂ ਸਪੈਸ਼ਲ ਕਲਾਸਾਂ ਤੇ ਫ੍ਰੀ ਕਲਾਸਾਂ ਨਾਲ ਆਪਣੇ ਚੈਨਲ ਤੇ ਕਰੋਗੇ ਉਹ ਵੀ ਤੁਹਾਨੂੰ ਦੱਸਾਂਗੇ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਪੰਜਾਬ ਪੁਲਿਸ ਭਰਤੀ ਦੇ ਲਈ ਕਾਂਸਟੇਬਲ ਦੀ ਭਰਤੀ ਜਿਹੜੇ ਕਿ ਬਹੁਤ ਸਾਰੇ ਪੁੱਛ ਰਹੇ ਸੀ ਕਿ ਕਦੋਂ ਭਰਤੀ ਆਉਣੀ ਹੈ ਤਾਂ ਭਰਤੀ ਆ ਚੁੱਕੀ ਹੈ ਹੁਣ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਜਿਹੜਾ ਐਗਜ਼ਾਮ ਡੇਟ ਪਹਿਲਾਂ ਹੀ ਦੱਸ ਦਿੱਤੀ ਹੈ ਕਿ ਐਗਜ਼ਾਮ ਜਿਹੜਾ ਇਹਦਾ ਹੋਣਾ ਹੈ ਕਾਂਸਟੇਬਲ ਭਰਤੀ ਹੁੰਦੀ ਹੈ ਤੁਹਾਨੂੰ ਪਤਾ ਹੀ ਹੈ ਸਪਾਈਹੀ ਦੀ ਭਰਤੀ ਹੁੰਦੀ ਹੈ ਤਾਂ ਜਿਸ ਦੇ ਵਿੱਚ 25 ਤੋਂ 26 ਸੈਪਟੰਬਰ 2021 ਨੂੰ ਤੁਹਾਡਾ ਪੇਪਰ ਲਿਆ ਜਾਊਗਾ ਹੁਣ ਕਹਿਣ ਦਾ ਮਤਲਬ ਹੈ ਤੁਹਾਡੇ ਕੋਲੇ ਲਗਭਗ 2 ਕੁ ਮਹੀਨਿਆਂ ਦਾ ਹੀ ਸਮਾਂ ਮੈਕਸਿਮਮ ਮੰਨੋ 2 ਕੁ ਮਹੀਨਿਆਂ ਦਾ ਮੈਕਸਿਮਮ ਸਮਾਂ ਤੁਹਾਡੇ ਕੋਲੇ ਔਰ ਇਨਾਂ 2 ਮਹੀਨਿਆਂ ਦੇ ਵਿੱਚ ਵਿੱਚ ਤੁਸੀਂ ਆਪਣੇ ਪੇਪਰ ਦੀ ਤਿਆਰੀ ਵੀ ਕਰਨੀ ਹੈ ਤੁਸੀਂ ਆਪਣਾ ਫਿਜ਼ੀਕਲ ਵੀ ਫਿੱਟ ਕਰਨਾ ਹੈ ਠੀਕ ਹੈ ਹੁਣ ਜੇਕਰ ਪੇਪਰ ਦੀ ਗੱਲ ਸਭ ਤੋਂ ਪਹਿਲਾਂ ਕਰੀਏ ਕਿਉਂਕਿ ਪੇਪਰ ਸਭ ਤੋਂ ਪਹਿਲਾਂ ਹੋਊਗਾ ਫਿਜ਼ੀਕਲ ਬਾਅਦ ਚ ਹੋਊਗਾ ਜੇ ਤੁਸੀਂ ਪੇਪਰ ਪਾਸ ਕਰੋਗੇ ਚਾਹੇ ਤੁਸੀਂ ਪਲੱਸ 2 ਆ ਚਾਹੇ ਤੁਸੀਂ ਬੀਏ ਕੀਤੀ ਆ ਤੁਹਾਨੂੰ ਪੇਪਰ ਪਾਸ ਕਰਨਾ ਪਊਗਾ ਹੁਣ ਪੇਪਰ ਬਾਰੇ ਦੇਖੋ ਥੋੜਾ ਜਿਹਾ ਸਪੈਸ਼ਲ ਜਿਹੜਾ ਤੁਹਾਨੂੰ ਇੱਕ ਇੱਕ ਚੀਜ਼ ਦੱਸਾਂਗੇ ਕੋਈ ਵੀ ਤੁਹਾਨੂੰ ਵੀਡੀਓ ਸੁਣਨ ਤੋਂ ਬਾਅਦ ਜਿਹੜਾ ਡਾਟ ਨਹੀਂ ਰਹਿਣਾ ਦੇਖੋ OMR ਬੇਸ ਸੀਟਡ ਪੇਪਰ ਹੋਏਗਾ OMR ਮਤਲਬੀ ਤੁਹਾਡਾ ਪੇਪਰ ਕੰਪਿਊਟਰ ਤੇ ਨਹੀਂ ਹੁੰਦਾ OMR ਤੁਹਾਨੂੰ ਇੱਕ ਕੁਐਸਚਨ ਪੇਪਰ ਮਿਲੇਗਾ ਉਸ ਕੁਐਸਚਨ ਪੇਪਰ ਦੇ ਵਿੱਚ ਜਿਹੜੇ ਆ ਪ੍ਰਸ਼ਨ ਦਿੱਤੇ ਜਾਣਗੇ ਉਹ ਪ੍ਰਸ਼ਨਾਂ ਨੂੰ ਦੇਖ ਕੇ OMR ਸ਼ੀਟ ਤੇ ਤੁਸੀਂ ਚਾਰ ਦੇ ਵਿੱਚੋਂ ਇੱਕ ਗੋਲਾ ਭਰਨਾ ਹੁੰਦਾ ਇਸ ਤਰ੍ਹਾਂ ਵੀ ਕਿਹੜਾ ਤੁਹਾਡਾ ਆਨਸਰ ਹੈ ਠੀਕ ਹੈ ਇੱਕ ਤੁਸੀਂ ਮੰਨ ਲਓ A ਕਰਨਾ ਜਾਂ B ਕਰਨਾ ਉਹ ਆਨਸਰ ਦੇ ਅਕੋਰਡਿੰਗ ਕਰਨਾ ਹੁੰਦਾ ਇਹ ਇੱਕ ਇਹ ਚੀਜ਼ ਹੈ ਉਸ ਨੂੰ ਬੋਲਦੇ ਆ OMR ਬੇਸਡ ਰਿਟਰਨ ਐਗਜ਼ਾਮੀਨੇਸ਼ਨ ਟੈਸਟ ਹੋਏਗਾ ਤੁਹਾਡਾ 25 26 ਨੂੰ ਹੁਣ ਕਿੰਨੇ ਅੰਕਾਂ ਦਾ ਪੇਪਰ ਹੈ ਤੁਸੀਂ ਦੱਸ ਸਕਦੇ ਹੋ ਕਿ 100 ਅੰਕਾਂ ਦਾ ਪੇਪਰ ਆ ਤੁਹਾਡਾ ਪ੍ਰੋਪਰ ਸੋ ਅੰਕਾਂ ਦਾ ਪੇਪਰ ਹੋਊਗਾ ਜਿਹਦੇ ਵਿੱਚ ਤੁਹਾਨੂੰ 120 ਮਿੰਟ ਦਿੱਤੇ ਜਾਣਗੇ ਟਾਈਮ ਕਿੰਨਾ ਹੋਊਗਾ 2 ਘੰਟੇ ਟਾਈਮ ਜਿਹੜਾ ਤੁਹਾਨੂੰ ਦਿੱਤਾ ਜਾਊਗਾ 100 ਅੰਕਾਂ ਦੇ ਵਾਸਤੇ ਭਾਵ ਇੱਕ ਕੁਐਸਚਨ ਕਰਨ ਵਾਸਤੇ ਤੁਹਾਨੂੰ 2 ਮਿੰਟ ਮਿਲਣਗੇ ਠੀਕ ਹੈ ਚਲੋ ਇਸ ਦੇ ਵਿੱਚ 네ਗੇਟਿਵ ਮਾਰਕਿੰਗ ਜਿਹੜੀ ਹੈਗੀ ਆ 0.25 ਦੀ ਹੈ ਇਹਦਾ ਮਤਲਬ ਕੀ ਹੁੰਦਾ ਥੋੜਾ ਜਿਹਾ ਇਹ ਸਮਝਣ ਦੀ ਕੋਸ਼ਿਸ਼ ਕਰੋ ਮੰਨ ਲਓ ਤੁਹਾਡੇ ਇੱਕ ਕੁਐਸਚਨ ਗਲਤ ਹੋ ਗਿਆ ਇੱਕ ਕੁਐਸਚਨ ਗਲਤ ਹੋਣ ਦੇ ਨਾਲ ਤੁਹਾਡਾ ਕਿੰਨੇ ਨੰਬਰ ਕੱਟ ਗਏ ਤੁਹਾਡਾ 1.25 ਇੰਨੇ ਨੰਬਰ ਕੱਟ ਗਏ ਇੱਕ ਨੰਬਰ ਤੋਂ ਤੁਹਾਡਾ ਪੂਰਾ ਹੀ ਕੱਟ ਗਿਆ ਤੇ ਇਸ ਤਰ੍ਹਾਂ 0.25 ਇੱਕ ਨੰਬਰ ਹੋਰ ਕੱਟ ਗਿਆ ਠੀਕ ਹੈ ਜੇ ਇਸ ਤਰ੍ਹਾਂ ਤੁਹਾਡੇ ਮੰਨ ਲਓ ਚਾਰ ਕੁਐਸਚਨ ਗਲਤ ਹੋ ਗਏ ਚਾਰ ਕੁਐਸਚਨ ਦੇ ਨਾਲ ਤੁਹਾਡੇ ਚਾਰ ਨੰਬਰ ਸਿੱਧੇ ਕੱਟੇ ਗਏ ਤੇ ਇੱਕ ਤੁਹਾਡਾ ਚਾਰੇ ਕੁਐਸਚਨਾਂ ਦਾ ਇੱਕ ਨੰਬਰ ਹੋਰ ਵਨ ਜੋ ਅਲੱਗ ਪੰਜ ਨੰਬਰ ਕੱਟੇ ਜਾਣਗੇ ਭਾਵ ਤੁਹਾਡੇ ਚਾਰ ਕੁਐਸਚਨ ਗਲਤ ਹੁੰਦੇ ਆ ਤਾਂ ਪੰਜ ਨੰਬਰ ਤੁਹਾਡੇ ਕੱਟੇ ਜਾਣਗੇ ਇਸ ਤਰ੍ਹਾਂ ਹੁੰਦਾ ਹੈ ਇਸ ਚੀਜ਼ ਨੂੰ ਵੀ ਧਿਆਨ ਰੱਖਿਓ ਬਹੁਤ ਇੰਪੋਰਟੈਂਟ ਹੈ ਚਲੋ ਹੁਣ ਅੱਗੇ ਦੇਖ ਲੈਨੇ ਆ ਤਾਂ ਇਸ ਦੇ ਵਿੱਚ ਜੇਕਰ ਦੇਖਿਆ ਰਿਟਰਨ ਟੈਸਟ ਕੰਡਕਟ ਬਿਫੋਰ ਦਾ ਫਿਜ਼ੀਕਲ ਸਕਰੀਨਿੰਗ ਟੈਸਟ ਤੋਂ ਪਹਿਲਾਂ ਜਿਹੜਾ ਤੁਹਾਡੀ ਭਰਤੀ ਦਾ ਜਿਹੜਾ ਦੌੜ ਲਾਉਣੀ ਹੈ ਤੁਸੀਂ ਕੱਦ ਹਾਈਟ ਸਾਰਾ ਕੁਝ ਉਹ ਤੋਂ ਪਹਿਲਾਂ ਹੋਏਗਾ ਫਿਜ਼ੀਕਲ ਸੌਰੀ ਜਿਹੜਾ ਆਪਣਾ ਐਗਜ਼ਾਮੀਨੇਸ਼ਨ ਹੈ ਠੀਕ ਹੈ ਚਲੋ ਹੁਣ ਅੱਗੇ ਮੇਨ ਚੀਜ਼ ਦੇਖ ਲੈਨੇ ਆਪਾਂ ਏਜ ਲਿਮਟ ਸਾਰਿਆਂ ਨੂੰ ਇਸ ਚੀਜ਼ ਦੀ ਵੀ ਬੇਟ ਸੀ ਕਿ ਏਜ ਲਿਮਟ ਇਸ ਵਾਰ ਕਿੰਨੀ ਹੋਏਗੀ ਏਜ ਹੋਏਗੀ 18 ਸਾਲ ਘੱਟ ਤੋਂ ਘੱਟ ਹੋਣੀ ਚਾਹੀਦੀ ਹੈ ਤੁਹਾਡੀ 18 ਸਾਲ ਘੱਟ ਤੋਂ ਘੱਟ ਹੋਣੀ ਚਾਹੀਦੀ ਹੈ 1 ਜਨਵਰੀ 2021 ਤੱਕ ਤੇ ਵੱਧ ਤੋਂ ਵੱਧ ਕਿੰਨੀ ਹੋਣੀ ਚਾਹੀਦੀ ਹੈ 28 ਇਅਰ ਹੋਣੀ ਚਾਹੀਦੀ ਹੈ ਠੀਕ ਹੈ ਤੇ ਏਜ ਰਿਲੇਕਸ਼ਨ ਕਿੰਨਾ ਦਿੱਤਾ ਜਾਊਗਾ ਐਸਸੀ ਐਸਟੀ ਬੀਸੀ ਨੂੰ ਏਜ ਰਿਲੇਕਸ਼ਨ 5 ਸਾਲ ਦਾ ਦਿੱਤਾ ਜਾਊਗਾ ਤਾਂ ਉਹ 33 ਸਾਲ ਦੀ ਉਮਰ ਤੱਕ ਵੀ ਅਪਲਾਈ ਕਰ ਸਕਦੇ ਇਹਨਾਂ ਪੋਸਟਾਂ ਦੇ ਲਈ ਤੇ ਜਿਹੜੇ ਐਕਸ ਸਰਵਿਸਮੈਨ ਉਹਨਾਂ ਨੂੰ 3 ਸਾਲ ਦਾ ਰਿਲੇਕਸ਼ਨ ਦਿੱਤਾ ਜਾਊਗਾ ਭਾਵੇਂ ਉਹ 31 ਸਾਲ ਤੱਕ ਜਿਹੜਾ ਉਹ ਅਪਲਾਈ ਕਰ ਸਕਦੇ ਇਹਨਾਂ ਪੋਸਟਾਂ ਵਾਸਤੇ ਬਾਕੀ ਹੋਰ ਤੁਸੀਂ ਇਹ ਕੈਟਾਗਰੀ ਵਾਸਤੇ ਹੀ ਦੇਖ ਸਕਦੇ ਹੋ ਠੀਕ ਹੈ ਜਿਹੜਾ ਤੁਹਾਨੂੰ ਨੋਟੀਫਿਕੇਸ਼ਨ ਪੂਰਾ ਮੈਂ ਆਪਣੇ ਟੈਲੀਗ੍ਰam ਚੈਨਲ ਆ ਉਸ ਤੇ ਦੇ ਦਵਾਵਾਂਗਾ ਟੈਲੀਗ੍ਰam ਚੈਨਲ ਦਾ ਲਿੰਕ ਵੀ ਇੱਥੇ ਮਿਲ ਜਾਊਗਾ ਡਿਸਕ੍ਰਿਪਸ਼ਨ ਚ ਹੁਣ ਐਲੀਜੀਬਿਲਟੀ ਕੀ ਹੈ ਯੋਗਤਾ ਕੀ ਹੈ ਤੁਹਾਡੇ ਕੋਲ ਕੁਆਲੀਫਿਕੇਸ਼ਨ ਕੀ ਹੋਣੀ ਜੀ ਨੇ ਪਲੱਸ 2 ਪਾਸ ਹੋਣੀ ਜਾਂ ਬੀ ਜੋ ਕੋਈ ਵੀ ਹੈ ਤਾਂ ਇਸ ਦੇ ਵਿੱਚ ਤੁਸੀਂ ਦੇਖੋ ਕਿ ਪਲੱਸ 2 ਔਰ ਇਟ ਇਦਾ ਮਤਲਬ ਬਰਾਬਰ ਦਾ ਇਹਦਾ ਮਤਲਬ ਇਹ ਹੁੰਦਾ ਕਿ ਇਸ ਦੇ ਬਰਾਬਰ ਦੀ ਕਿਸੇ ਵੀ ਐਜੂਕੇਸ਼ਨ ਇੰਸਟੀਚਿਊਟ ਤੋਂ ਜਿਹੜਾ ਤੁਸੀਂ ਬੋਰਡ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਜਿਹੜਾ ਤੁਹਾਡੇ ਪਲੱਸ 2 ਜਾਂ ਪਲੱਸ 2 ਦੇ ਬਰਾਬਰ ਦਾ ਕੋਈ ਯੋਗਤਾ ਹੈਗੀ ਹੈ ਤਾਂ ਉਹ ਤੁਹਾਡੀ ਹੋਣੀ ਚਾਹੀਦੀ ਹੈ ਠੀਕ ਹੈ ਜੀ ਸੋ ਐਕਸ ਸਰਵਿਸਮੈਨ ਜਿਹੜੇ ਉਹਨਾਂ ਵਾਸਤੇ 10ਵੀਂ ਚੱਲ ਜੂਗੀ ਉਹਨਾਂ ਕੋਲੇ 10ਵੀਂ ਹੋਣੀ ਚਾਹੀਦੀ ਹੈ ਠੀਕ ਹੈ ਉਹਨਾਂ ਨੂੰ ਪਲੱਸ 2 ਦੀ ਜ਼ਰੂਰਤ ਨਹੀਂ ਹੋएगी ਐਕਸ ਸਰਵਿਸਮੈਨ ਨੂੰ ਚਲੋ ਹੋਰ ਕੀ ਹੈ ਕਿ 10ਵੀਂ ਦੇ ਵਿੱਚ ਤੁਹਾਡੇ ਜਿਹੜਾ ਪੰਜਾਬੀ ਵਿਸ਼ਾ ਪਾਸ ਹੋਣਾ ਲਾਜ਼ਮੀ ਹੈ ਜੇਕਰ ਤੁਹਾਡਾ 10ਵੀਂ ਕਲਾਸ ਦੇ ਵਿੱਚ ਪੰਜਾਬੀ ਵਿਸ਼ਾ ਪਾਸ ਨਹੀਂ ਤਾਂ ਤੁਸੀਂ ਇਸ ਪੰਜਾਬ ਪੁਲਿਸ ਦੇ ਕੌਨਸਟੇਬਲ ਦਾ ਜਿਹੜਾ ਪੇਪਰ ਆਉਦੀ ਭਰਤੀ ਤੁਸੀਂ ਨਹੀਂ ਦੇਖ ਸਕਦੇ ਇਹ ਚੀਜ਼ ਨੂੰ ਨੋਟ ਰੱਖਿਓ ਹੁਣ ਆਪਾਂ ਆ ਜੋ ਇਹਨਾਂ ਦਾ ਸਲੇਬਸ ਸਲੇਬਸ ਦੇ ਵਿੱਚ ਸਭ ਤੋਂ ਪਹਿਲਾਂ ਦੇਖਿਆ ਕਿੰਨੇ ਸਬਜੈਕਟ ਨੇ ਮੇਜਰ ਸਬਜੈਕਟਾਂ ਦੀ ਗੱਲ ਕੀਤੀ ਹੈ ਆਪਾਂ 1 2 3 4 5 ਪੰਜ ਸਬਜੈਕਟ ਹੈ ਪੰਜ ਸਬਜੈਕਟ ਦੇ ਵਿੱਚ ਕੀ ਕੀ ਪੁੱਛਿਆ ਜਾਣਾ ਕਿੱਥੋਂ ਕਿੱਥੋਂ ਪੁੱਛਿਆ ਜਾਣਾ ਸਭ ਤੋਂ ਪਹਿਲਾਂ ਜਿਹੜਾ ਵਾਈਡ ਸਬਜੈਕਟ ਜਰਨਲ ਅਵੇਅਰਨਸ ਜਿਹਨੂੰ ਜੀਕੇ ਬੋਲਦੇ ਆਂ ਤਾਂ ਇਹਦੇ ਵਿੱਚ ਦੇਖੋ ਕੀ ਪੁੱਛਿਆ ਜਾਣਾ ਪਾਰਟ ਬਣ ਕੇ ਕਨਸਟੀਟਿਊਸ਼ਨ ਸੰਵਿਧਾਨ ਦੇ ਬਾਰੇ ਪੁੱਛਿਆ ਜਾਣਾ ਸੰਵਿਧਾਨ ਕਦੋਂ ਬਣਿਆ ਕਿਹਨੇ ਬਣਾਇਆ ਉਹਦੀਆਂ ਵਿਸ਼ੇਸ਼ਤਾ ਕੀ ਹੈ ਉਸ ਤੋਂ ਬਾਅਦ ਫਿਰ ਸੈਂਟਰ ਐਂਡ ਸਟੇਟ ਲੈਜਿਸਲੇਚਰ ਜਿਹੜੀ ਵਿਧਾਨ ਸਭਾ ਹੈ ਠੀਕ ਹੈ ਉਹਦੇ ਬਾਰੇ ਪੁੱਛਿਆ ਜਾਣਾ ਲੋਕ ਸਭਾ ਉਹਦੇ ਬਾਰੇ ਪੁੱਛਿਆ ਜਾਣਾ ਪ੍ਰੋਪਰ ਤੌਰ ਤੇ ਫਿਰ ਕਾਰਜਪਾਲਿਕਾ ਬਾਰੇ ਫਿਰ ਜਿਹੜੀ ਜੁਡੀਸ਼ੀਅਲ ਨਿਆ ਸੁਪਰੀਮ ਕੋਰਟ ਹਾਈ ਕੋਰਟ ਠੀਕ ਹੈ ਛੋਟੀਆਂ ਅਦਾਲਤਾਂ ਉਹ ਚੀਜ਼ ਬਾਰੇ ਪੁੱਛਿਆ ਜਾਣਾ ਉਸ ਤੋਂ ਬਾਅਦ ਲੋਕਲ ਗਵਰਨਮੈਂਟ ਇੰਸਟੀਟਿਊਸ਼ਨ ਬਾਰੇ ਪੁੱਛਿਆ ਜਾਣਾ ਠੀਕ ਹੈ ਲੋਕਲ ਗਵਰਨਮੈਂਟ ਦਾ ਮਤ ਕਿ ਮਤਲਬ ਛੋਟੇ ਪੱਧਰ ਤੇ ਜਿਹੜੀ ਸਰਕਾਰ ਜਿਵੇਂ ਨਗਰ ਪੰਚਾਇਤ ਹੋ ਗਈ ਇਸ ਤਰ੍ਹਾਂ ਠੀਕ ਆ ਆ ਪਿੰਡਾਂ ਦੀਆਂ ਪੰਚਾਇਤਾਂ ਹੋ ਗਈਆਂ ਸੋ ਮਿਊਨਿਸਪਲ ਕਾਰਪੋਰੇਸ਼ਨ ਹੋ ਗਈਆਂ ਤਾਂ ਉਹ ਸਾਰਾ ਕੁਝ ਇਹਦੇ ਵਿੱਚ ਆ ਜਾਊਗਾ ਠੀਕ ਹੈ ਇੱਥੇ ਹੀ ਜਨਰਲ ਅਵੇਅਰਨਸ ਖਤਮ ਨਹੀਂ ਹੁੰਦੀ ਇਹਦੇ ਨਾਲ ਹਿਸਟਰੀ ਜੀਓਗ੍ਰਾਫੀ ਕਲਚਰ ਇਕਨੋਮੀ ਆਫ ਪੰਜਾਬ ਹੁਣ ਇੰਨਾ ਅਸੀਂ ਕਿਵੇਂ ਪੜਾਂਗੇ ਠੀਕ ਹੈ ਇਹ ਸਾਡਾ ਕੰਮ ਰਹਿ ਗਿਆ ਬਸ ਤੁਸੀਂ ਚੈਨਲ ਨਾਲ ਜੁੜ ਜਿਓ ਠੀਕ ਹੈ ਤੁਹਾਨੂੰ ਸਾਰਾ ਕੁਝ ਫ੍ਰੀ ਕਲਾਸਾਂ ਦੇ ਰਾਹੀਂ ਤੇ ਸਪੈਸ਼ਲ ਕਲਾਸਾਂ ਦੇ ਰਾਹੀਂ ਜਿਹੜਾ ਆਪਾਂ ਕਰਾਵਾਂਗੇ ਕਿੱਥੋਂ-ਕਿੱਥੋਂ ਸਾਨੂੰ ਹਿਸਟਰੀ ਪੜ੍ਹਨੀ ਹੈ ਕਿੱਥੋਂ-ਕਿੱਥੋਂ ਜੀਓਗ੍ਰਾਫੀ ਪੜ੍ਹਨੀ ਹੈ ਕਿੱਥੋਂ-ਕਿੱਥੋਂ ਕਲਚਰ ਪੜ੍ਹਨਾ ਹੈ ਕਿੱਥੋਂ ਇਕਨੋਮੀ ਆਫ ਪੰਜਾਬ ਪੜ੍ਹਨੀ ਹੈ ਚਲੋ ਇਸ ਤੋਂ ਬਾਅਦ بیسਿਕ ਆਫ ਸਾਇੰਸ ਐਂਡ ਟੈਕਨੋਲੋਜੀ ਸਾਇੰਸ ਦਾ ਕਿੰਨਾ ਕੁ ਪੜ੍ਹਨਾ ਹੈ ਉਹ ਵੀ ਤੁਹਾਨੂੰ ਜਿਹੜਾ ਬਿਲਕੁਲ ਫ੍ਰੀ ਕਲਾਸਾਂ ਵੀ ਚੱਲਣਗੀਆਂ ਆਪਣੀਆਂ ਤੇ ਜਿਹੜੀਆਂ ਆਪਣੀਆਂ ਸਪੈਸ਼ਲ ਕਲਾਸਾਂ ਉਹ ਵੀ ਚੱਲਣੀਆਂ ਕਰੰਟ ਅਫੇਅਰ ਇਹ ਜਿਹੜਾ ਤੁਸੀਂ ਅੱਜ ਤੋਂ ਹੀ ਸਟਾਰਟ ਕਰ ਦੋ ਡੇਲੀ ਅਖਬਾਰ ਕੋਈ ਵੀ ਅਖਬਾਰ ਸਾਰੇ ਅਖਬਾਰ ਪੜ੍ਹੋ ਤਾਂ ਉਹਦੇ ਵਿੱਚ ਤੁਹਾਨੂੰ ਕਰੰਟ ਅਫੇਅਰ ਮਿਲਦੀ ਰਹੂਗੀ ਠੀਕ ਹੈ ਹੁਣ ਅੱਗੇ ਜਿਹੜ ਇਹਦਾ ਮਤਲਬ ਹੁੰਦਾ ਹੈ ਮੈਥ ਕਹਿੰਦੇ ਇਹਨੂੰ ਸਿੱਧਾ ਆਪਾਂ ਡਾਇਰੈਕਟ ਸੋਖੀ ਪਾਚ ਦੇਖੀ ਕੁਆਂਟ ਕਮੂਟ ਦੀ ਕੋਈ ਜ਼ਰੂਰਤ ਨਹੀਂ ਇਹਨੂੰ ਮੈਥ ਕਹਿੰਦੇ ਆ ਤਾਂ ਮੈਥ ਦੇ ਵਿੱਚ ਕੀ ਆਊਗਾ ਸਿੰਪਲੀਫਿਕੇਸ਼ਨ ਸਿੰਪਲੀਫਿਕੇਸ਼ਨ ਦਾ ਮਤਲਬ ਹੀ ਸਿੰਪਲੀਫਿਕੇਸ਼ਨ ਦੇ ਜੋੜ ਘਟਾ ਦੇ ਸਵਾਲ ਹੀ ਹੁੰਦੇ ਆ ਸਿੰਪਲੀਫਿਕੇਸ਼ਨ ਦੇ ਵਿੱਚ ਪਰ ਉਹ ਕਿੰਨੇ ਗੁੰਝਲਦਾਰ ਹੈ ਕਿਵੇਂ ਪਾਉਂਦੇ ਆ ਉਹ ਬਾਅਦ ਦੀ ਗੱਲ ਹੈ ਠੀਕ ਹੈ ਐਵਰੇਜ ਐਵਰੇਜ ਆਊਟ ਦਾ ਟੌਪਿਕ ਇਹਨਾਂ ਦਾ ਡੈਸੀਮਲ ਐਂਡ ਫ੍ਰੈਕਸ਼ਨ ਦਾ ਟੌਪਿਕ ਹੋ ਗਿਆ ਰੇਸ਼ੋ ਐਂਡ ਪ੍ਰੋਮੋਸ਼ਨ ਹੋ ਗਿਆ ਪਰਸੈਂਟੇਜ ਹੋ ਗਈ ਪ੍ਰੋਫਿਟ ਐਂਡ ਲਾਸ ਹੋ ਗਿਆ ਸਿੰਪਲ ਇੰਟਰਸਟ ਜਿਹਨੂੰ ਆਪਾਂ ਕ ਮੁਲਤਾਨ ਬਿਆਦ ਜਿਹੜਾ ਟੌਪਿਕ ਹੁੰਦਾ ਠੀਕ ਹੈ ਤੁਸੀਂ 10ਵੀਂ ਚ ਕਰੇ ਹੋ ਬਹੁਤ ਸਾਰੇ ਬੱਚੇ ਨੇ ਟਾਈਮ ਐਂਡ ਵਰਕ ਕੁਝ ਕੁ ਟੌਪਿਕ ਨਵੇਂ ਐ ਤਾਂ ਉਹਨਾਂ ਬਾਰੇ ਸੁਣ ਦੱਸਾਂਗੇ ਸਾਰਾ ਕੁਝ ਬਾਰ ਗ੍ਰਾਫਸ ਐਂਡ ਲਾਈਨ ਗ੍ਰਾਫਸ ਠੀਕ ਹੈ ਤਾਂ ਇਹਨਾਂ ਬਾਰੇ ਵੀ ਜਿਹੜਾ ਪੁੱਛਿਆ ਜਾਊਗਾ ਇਹ ਆਪਣਾ ਕੁਆਂਟ ਅਬਿਟੀਟਿਊਡ ਠੀਕ ਹੈ ਉਸ ਤੋਂ ਬਾਅਦ ਫਿਰ ਮੈਂਟਲ ਬਿਲਟੀ ਜਿਹਨੂੰ ਆਪਾਂ ਰੀਜ਼ਨਿੰਗ ਬੋਲਦੇ ਹਾਂ ਸਿੱਧਾ ਸਿੱਧਾ ਰੀਜ਼ਨਿੰਗ ਦੇ ਵਿੱਚ ਕਿਹੜੇ ਕਿਹੜੇ ਟੌਪਿਕ ਆ ਤੁਸੀਂ ਦੇਖਦੇ ਹੋ ਨੰਬਰ ਐਂਡ ਸੀਰੀਜ਼ ਨੰਬਰ ਐਂਡ ਲੈਟਰ ਸੀਰੀਜ਼ ਨੰਬਰ ਐਂਡ ਲੈਟਰ ਸੀਰੀਜ਼ ਦੇ ਵਿੱਚ ਕਾਫੀ ਟੌਪਕ ਜਿਹੜੇ ਮੇਜਰ ਹੁੰਦੇ ਨੇ ਠੀਕ ਹੈ ਉਸ ਵਾਰ ਸੀਕੁਐਂਸ ਪੁੱਛੀ ਜਾਣੀ ਹੈ ਫਿਰ ਸਟੇਟਮੈਂਟ ਐਂਡ ਕਨਕਲੂਜਨ ਪੁੱਛਿਆ ਜਾਣਾ ਹੈ ਪੈਟਰਨ ਕੰਪਲੀਸ਼ਨ ਬਹੁਤ ਸਾਰਿਆਂ ਨੂੰ ਜਿਹੜੇ ਬੱਚੇ ਪਹਿਲੀ ਵਾਰ ਪਲੱਸ 2 ਵਾਲੇ ਪੇਪਰ ਦੇ ਉਹਨਾਂ ਨੇ ਪਤਾ ਹੀ ਨਹੀਂ ਵੀ ਕੀ ਚੀਜ਼ ਜਾਣੇ ਤਾਂ ਸਾਰਾ ਕੁਝ ਤੁਹਾਨੂੰ ਸਮਝ ਲੱਗ ਜਾਏਗੀ ਆਉਣ ਵਾਲੇ ਦਿਨਾਂ ਚ ਚੈਨਲ ਨਾਲ ਜੁੜ ਜਿਓ ਉਸ ਤੋਂ ਇੰਗਲਿਸ਼ ਦੇ ਵਿੱਚ ਦੇਖੋ ਕੀ ਪੁੱਛਿਆਣਾ ਇੱਕ ਪੈਰਾ ਦਿੱਤਾ ਹੋਊਗਾ ਪੈਰੇ ਦੇ ਵਿੱਚੋਂ ਆਪਾਂ ਕੁਐਸਚਨ ਭਰਦੇ ਹੁੰਦੇ ਆ ਉਹ ਦਿੱਤਾ ਜਾਏ ਪੰਜਾਬੀ ਤੋਂ ਇੰਗਲਿਸ਼ ਜਿਹੜੀ ਟਰਾਂਸਲੇਸ਼ਨ ਕਰਨੀ ਹੋਊਗੀ ਸਟੈਂਸ ਅਰੇ ਅਰੇਂਜਮੈਂਟ ਕਰਨੀ ਹੋਏਗੀ ਕਿਸ ਦਾ ਸਲੇਪ ਹੈ ਇੰਗਲਿਸ਼ ਦਾ ਨਾਲ ਹੀ ਪੰਜਾਬੀ ਦਾ ਸਲੇਪਸ ਹੈ ਸ਼ੁੱਧ ਸ਼ੁੱਧ ਸਮਾਨ ਅਰਥਕ ਵਿਰੋਧੀ ਸ਼ਬਦ ਪੰਜਾਬੀ ਖਣ ਇਹ ਸਾਰਾ ਕੁਝ ਤੁਹਾਨੂੰ ਪੜਨਾ ਪੈਣਾ ਬਸ ਰੀਡਿੰਗ ਕਰਨੀ ਪੈਣੀ ਹੈ ਇਹਦੇ ਵਿੱਚ ਕੋਈ ਸਿੱਖਣ ਵਾਲੀ ਗੱਲ ਨਹੀਂ ਇੰਗਲਿਸ਼ ਦੇ ਵਿੱਚ ਸਿੱਖਣ ਵਾਲੀ ਗੱਲ ਹੈ ਉਹ ਅਲੱਗ ਹੈ ਪਰ ਪੰਜਾਬੀ ਦੇ ਵਿੱਚ ਕੋਈ ਸਿੱਖਣ ਵਾਲੀ ਗੱਲ ਨਹੀਂ ਇਹ ਸਿਰਫ ਤੁਹਾਨੂੰ ਜਿੰਨਾ ਮਟੀਰੀਅਲ ਜਿੱਥੋਂ ਮਿਲਦਾ ਉੱਥੋਂ ਪੜਿਓ ਠੀਕ ਹੈ ਉਸ ਤੋਂ ਬਾਅਦ ਲਾਸਟ ਆਪਣੇ ਕੋਲੇ ਜਿਹੜਾ ਕੰਪਿਊਟਰ ਦਾ ਆ ਗਿਆ ਕੰਪਿਊਟਰ ਦੇ ਵਿੱਚ ਕੀ ਆ ਫੰਡਾਮੈਂਟਲਸ ਆਫ ਕੰਪਿਊਟਰ ਦੇ ਪੁੱਛੇ ਜਾਣੇ ਆ ਇਹ ਕਲਾਸਾਂ ਵੀ ਜਿਹਨੇ ਤੁਹਾਨੂੰ ਪੰਜਾਬੀ ਦੇ ਵਿੱਚ ਕਰਾਵਾਂਗੇ ਬਿਲਕੁਲ ਠੀਕ ਹੈ ਐਮ ਐਸ ਆਫਿਸ ਬਾਰੇ ਵਰਲਡ ਬਾਰੇ ਪਾਵਰਪੁਆਇੰਟ ਬਾਰੇ ਇੰਟਰਨੈਟ ਬਾਰੇ ਠੀਕ ਹੈ ਇੰਟਰਨੈਟ ਬਾਰੇ ਬਹੁਤ ਸਾਰੀ ਜਾਣਦੀ ਹੈ ਬੱਚੇ ਠੀਕ ਹੈ ਇੰਟਰਨੈਟ ਕੀ ਆ ਵਰਲਡ ਵਾਈਡ ਵੈਬ ਬੈਂਡ ਸਰਚ ਇੰਜਨ ਬਾਰੇ ਠੀਕ ਹੈ ਜਿੱਥੇ ਆਪਾਂ ਸਰਚ ਮਾਰਦੇ ਹਾਂ ਚਾਹੇ ਉਹ ਗੂਗਲ ਐ ਕ੍ਰੋਮ ਐ ਉਹਨਾਂ ਚੀਜ਼ਾਂ ਬਾਰੇ ਠੀਕ ਹੈ ਈਮੇਲ ਕਿਵੇਂ ਭੇਜਣੀ ਹੈ ਕਮਿਊਨੀਕੇਸ਼ਨ ਸਾਰਾ ਸਿਸਟਮ ਹੈ ਠੀਕ ਹੈ ਉਹਦੇ ਸੋ ଏਸੀ ਸਿਲੇਬਸ ਹੁਣ ਸਿਲੇਬਸ ਤੋਂ ਬਾਅਦ ਆਪਾਂ ਗੱਲ ਕਰ ਲਈਏ ਨੈਕਸਟ ਤੁਸੀਂ ਆਜੋ ਫਿਜ਼ੀਕਲ ਸਕ੍ਰੀਨਿੰਗ ਟੈਸਟ ਜੇ ਤੁਸੀਂ ਇੰਨਾ ਸਿਲੇਬਸ ਪੜਨ ਤੋਂ ਬਾਅਦ ਆਪਣਾ ਪੇਪਰ ਦੇ ਵਿੱਚ ਮੈਚ ਚਾਉਨੇ ਹੋ ਤਾਂ ਹੀ ਤੁਸੀਂ ਫਿਜ਼ੀਕਲ ਦੇ ਲਈ ਤਿਆਰ ਹੋ ਜਾਓਗੇ ਤਾਂ ਹੀ ਤੁਸੀਂ ਫਿਜ਼ੀਕਲ ਦੇ ਸਕਦੇ ਹੋ ਨਹੀਂ ਤੁਸੀਂ ਫਿਜ਼ੀਕਲ ਨਹੀਂ ਦੇ ਸਕਦੇ ਚਲੋ ਹਾਂ ਤੁਸੇ ਫਿਜ਼ੀਕਲ ਦੇ ਵਿੱਚ ਉਹ ਸਭ ਤੋਂ ਪਹਿਲਾਂ ਆਪਾਂ ਮੇਲ ਕੈਂਡੀਡੇਟ ਵਾਸਤੇ ਲਖੀ ਜਿਹੜੀ ਰਨਿੰਗ ਹੈ ਉਹ ਕਿੰਨੀ ਹੈ 1600 ਮੀਟਰ ਹੈ 1600 ਮੀਟਰ ਕਿੰਨੇ ਟਾਈਮ ਚ ਲਾਉਣੀ ਹੈ 6 ਮਿੰਟ 30 ਸੈਕਿੰਡ ਚ ਲਾਉਣੀ ਹੈ ਇੱਕ ਹੀ ਚਾਂਸ ਮਿਲੂਗਾ ਦੂਰਾ ਚਾਂਸ ਨਹੀਂ ਮਿਲਦਾ ਲੌਂਗ ਜੰਪ ਜਿਹੜਾ ਉੱਚੀ ਛਾਲ ਜੀ ਨੂੰ ਬੋਲਦੇ ਆ 3.80 ਮੀਟਰ ਜਿਹੜਾ ਤੁਸੀਂ ਲਗਾਉਣਾ ਤਿੰਨ ਚਾਂਸ ਦਿੱਤੇ ਜਾਣਗੇ ਇਸ ਦੇ ਵਿੱਚ ਠੀਕ ਹੈ ਤਿੰਨ ਚਾਂਸ ਦਿੱਤੇ ਜਾਣਗੇ ਹਾਈ ਜੰਪ ਕਿੰਨਾ 1.10 ਮੀਟਰ ਇਹਦੇ ਵਿੱਚ ਕਿੰਨੇ ਦਿੱਤੇ ਜਾਣਗੇ ਤਿੰਨ ਚਾਂਸੇਸ ਵੀ ਦਿੱਤੇ ਜਾਣਗੇ ਹੁਣ ਮੁੰਡਿਆਂ ਦੇ ਲਈ ਏਜ ਦੇ ਅਕੋਰਡਿੰਗ ਹਾਈਟ ਕਿੰਨੀ ਹੈ ਹਾਈਟ 5 ਫੁੱਟ 7 ਇੰਚ ਤੁਹਾਡੀ ਹਾਈਟ ਹੋਣੀ ਚਾਹੀਦੀ ਹੈ ਤਾਂ ਹੀ ਤੁਸੀਂ ਇਸ ਭਰਤੀ ਲਈ ਐਲੀਜੀਬਲ ਹੋਵੋਗੇ ਜੇਕਰ ਤੁਹਾਡੀ 5 ਫੁੱਟ 7 ਇੰਚ ਹਾਈਟ ਨਹੀਂਗੀ ਤਾਂ ਤੁਹਾਨੂੰ ਪੇਪਰ ਦੇਣ ਦੀ ਕੋਈ ਲੋੜ ਨਹੀਂ ਕਿਉਂਕਿ ਉੱਥੇ ਤੁਸੀਂ ਡਿਸਕਵਾਲਿਫਾਈ ਹੋ ਜਾਓਗੇ ਜੇ ਤੁਹਾਡਾ ਪੇਪਰ ਵੀ ਪਾਸ ਹੋਊਗਾ ਠੀਕ ਹੈ ਉਸ ਤੋਂ ਫੀਮੇਲ ਕੈਂਡੀਡੇਟ ਲਈ ਜਿਹੜੀ ਹਾਈਟ ਹੈ ਉਹ ਕਿੰਨੀ ਹੈ 5 ਫੁੱਟ 2 ਇੰਚ ਹੈ ਰਨਿੰਗ ਕਿੰਨੀ ਹੈ 800 ਮੀਟਰ ਲਾਉਣੀ ਹੈ ਕਿੰਨੇ ਟਾਈਮ ਦੇ ਵਿੱਚ 4 ਮਿੰਟ 30 ਸੈਕਿੰਡ ਵਿੱਚ ਭਾਪ ਸਾਢੇ 4 ਮਿੰਟਾਂ ਵਿੱਚ ਇੱਕ ਚਾਂਸ ਮਿਲੂਗਾ ਲੌਂਗ ਜੰਪ ਕਿੰਨਾ ਹੈ ਲੌਂਗ ਜੰਪ 3 ਮੀਟਰ ਹੈ ਤਿੰਨ ਚਾਂਸ ਦਿੱਤੇ ਜਾਣਗੇ ਹਾਈ ਜੰਪ ਕਿੰਨਾ 0.95 ਮੀਟਰ ਹੈ ਜਿਸ ਦੇ ਵਿੱਚ ਤੁਹਾਨੂੰ ਤਿੰਨ ਚਾਂਸ ਦਿੱਤੇ ਜਾਣਗੇ ਚਲੋ ਬਾਕੀ ਅੱਗੇ ਇਹਨਾਂ ਨੇ ਐਕਸ ਸਰਵਿਸਮੈਨ ਬਾਰੇ ਦੱਸਿਆ ਜਿਨ੍ਹਾਂ ਦੀ ਐਕਸ ਸਰਵਿਸਮੈਨ ਚ ਉਮਰ 35 ਸਾਲ ਤੋਂ ਘੱਟ ਆ ਉਹਨਾਂ ਵਾਸਤੇ ਇਹ ਕ੍ਰਾਈਟਰੀਆ ਹੈ ਜਿਨ੍ਹਾਂ ਦੀ 35 ਸਾਲ ਤੋਂ ਵੱਧ ਆ ਉਹਨਾਂ ਵਾਸਤੇ ਇਹ ਕ੍ਰਾਈਟਰੀਆ ਠੀਕ ਹੈ ਸੋ ਇਹਨਾਂ ਪੋਸਟਾਂ ਦੇ ਲਈ ਹੁਣ ਤੁਹਾਨੂੰ ਮੈਂ ਇੱਕ ਨੰਬਰ ਦਿੰਦਾ ਜਿੱਥੇ ਤੁਹਾਨੂੰ ਤੁਸੀਂ ਫ੍ਰੀ ਕਲਾਸਾਂ ਦੀ ਤਿਆਰੀ ਆਪਣੇ ਚੈਨਲ ਤੇ ਲਾਈਵ ਕਲਾਸਾਂ ਚੱਲਦੀਆਂ ਉਹਨਾਂ ਕਲਾਸਾਂ ਦੇ ਵਿੱਚ ਤੁਸੀਂ ਤਿਆਰੀ ਕਰ ਸਕਦੇ ਹੋ ਠੀਕ ਹੈ ਜਿਹਦੇ ਵਿੱਚ ਆਪਣਾ ਨੰਬਰ ਰਹੇਗਾ 98787 और 31752 ठीक है इस नंबर पे ओनली व्हाट्सएप एसएमएस करोगे ਹੁਣ ਇਹ ਤੁਹਾਨੂੰ ਦੱਸਣਾ ਕਿ ਇੱਕ ਜਿਹੜਾ ਆਪਾਂ ਸਪੈਸ਼ਲ WhatsApp ਗਰੁੱਪ ਬਣਾਇਆ Telegram ਗਰੁੱਪ ਵੀ ਬਣਾਇਆ ਪੰਜਾਬ ਪੁਲਿਸ ਭਰਤੀ ਵਾਸਤੇ ਠੀਕ ਹੈ ਸੋ Telegram ਗਰੁੱਪ ਆ ਜਿਹੜਾ ਉਹਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦਿੱਤਾ ਹੋਇਆ ਉੱਥੇ ਜਾ ਕੇ ਤੁਸੀਂ Telegram ਗਰੁੱਪ ਜਿਹੜਾ ਜੁਆਇਨ ਕਰ ਲਿਓ ਪੰਜਾਬ ਪੁਲਿਸ ਭਰਤੀ ਵਾਸਤੇ ਚਾਹੇ ਮੁੰਡੇ ਚਾਹੇ ਕੁੜੀਆਂ ਦੋਨਾਂ ਲਈ ਸੇਮ ਇੱਕ ਹੀ ਗਰੁੱਪ ਹੋਏਗਾ Telegram ਵਾਲਾ ਹੁਣ Telegram ਗਰੁੱਪ ਤੋਂ ਇਲਾਵਾ ਆਪਣੇ ਦੋ ਓਪਨ WhatsApp ਗਰੁੱਪ ਨੇ ਜੋ ਕਿ ਉਹਨਾਂ ਦਾ ਲਿੰਕ ਵੀ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਚ ਹੈ ਫੀਮੇਲ ਦੇ ਲਈ ਲੱਗ ਹੈ ਤੇ ਮੇਲ ਦੇ ਲਈ ਲੱਗ ਹੈ ਤੁਸੀਂ ਉਹ WhatsApp ਗਰੁੱਪ ਵੀ ਜੁਆਇਨ ਕਰ ਸਕਦੇ ਹੋ ਜਿੱਥੇ ਤੁਹਾਨੂੰ ਫ੍ਰੀ ਕਲਾਸਾਂ ਮਿਲਣਗੀਆਂ ਆਉਣ ਵਾਲੇ ਦਿਨਾਂ ਜਿਹੜਾ ਆਪਾਂ ਕੋਰਸ ਚਲਾਵਾਂਗੇ ਸਪੈਸ਼ਲ ਕਲਾਸਾਂ ਦਾ ਉਹ ਵੀ ਤੁਹਾਨੂੰ ਮਿਲਣਗੀਆਂ ਤੇ ਇੱਕ ਚੀਜ਼ ਤੁਹਾਨੂੰ ਦੱਸਦੇ ਆਂ ਵੀ ਜਿਹੜੇ ਵੀ ਆਪਣੀ ਪ੍ਰਾਈਵੇਸੀ ਕਰਕੇ ਜਿਹੜੀਆਂ ਵੀ ਜਨੇਵ ਗਰਲਜ਼ ਹੈਗੀਆਂ ਫੀਮੇਲ ਹੈਗੀਆਂ ਤਾਂ ਉਹ ਇਸ ਨੰਬਰ ਤੇ ਆਪਾਂ ਨੂੰ ਜਿਹੜੇ ਕਿ ਮੰਨ ਲਓ ਓਪਨ WhatsApp ਗਰੁੱਪ ਦੇ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦੇ ਠੀਕ ਹੈ ਤਾਂ ਇਸ ਨੰਬਰ ਤੇ ਆਪਾਂ ਨੂੰ ਆਪਣਾ ਨੇਮ ਲਿਖ ਕੇ ਆਪਣਾ ਡਿਸਟ੍ਰਿਕਟ ਲਿਖ ਕੇ ਠੀਕ ਹੈ ਔਰ ਆਪਣੀ ਪੋਸਟ ਦਾ ਨਾਮ ਲਿਖ ਕੇ ਕੌਨਸਟੇਬਲ ਹੈ ਜਾਂ ਤੁਸੀਂ ਕਿਹੜੀ ਪੋਸਟ ਹੈ ਤਾਂ ਉਹਦੇ ਅਕੋਰਡਿੰਗ ਤੁਸੀਂ ਮੈਨੂੰ ਇਸ ਤੇ WhatsApp ਤੇ ਮੈਸੇਜ ਕਰ ਦਿਓ ਤਾਂ ਤੁਹਾਡਾ ਇੱਕ ਬ੍ਰਾਡਕਾਸਟ ਗਰੁੱਪ ਬਣਾਇਆ ਜਾਏਗਾ ਜਿਹਦੇ ਵਿੱਚ ਪ੍ਰਾਈਵੇਸੀ ਹੋਏਗੀ ਜਿਹਦੇ ਵਿੱਚ ਸਿਰਫ ਉਹ ਨੰਬਰ ਮੇਰੇ ਕੋਲ ਹੀ ਸ਼ੋ ਹੋਣਗੇ ਕਿਸੇ ਹੋਰ ਕੋਲ ਨਹੀਂ ਸ਼ੋ ਹੋਣਗੇ ਤਾਂ ਉੱਥੇ ਵੀ ਤੁਹਾਨੂੰ ਪੂਰੀ ਇਨਫੋ ਜਿਹੜੀ ਪੰਜਾਬ ਪੁਲਿਸ ਭਰਤੀ ਦੇ ਆਉਣ ਵਾਲੀ ਹਰ ਕਲਾਸ ਦੀ ਹਰ ਜਿਹੜੀ ਇਨਫੋ ਠੀਕ ਹੈ ਇਹਨੂੰ ਮਿਲਦੀ ਰਹੇਗੀ ਠੀਕ ਹੈ ਸੋ ਇਹ ਕੰਟੈਕਟ ਸੀ ਆਪਣਾ ਤਾਂ ਇਸੇ ਤੇ ਵਟਸਐਪ ਮੈਸੇਜ ਕਰ ਸਕਦੇ ਹੋ ਜਿਨ੍ਹਾਂ ਨੇ ਕਿ ਪ੍ਰਾਈਵੇਸੀ ਆਪਣੀ ਰੱਖਣੀ ਹੈ ਤਾਂ ਉਹ ਉਹਨਾਂ ਵਾਸਤੇ ਇੱਕ ਅਲੱਗ ਤੋਂ ਗਰੁੱਪ ਜਿਹੜਾ ਮੈਂ ਖੁਦ ਕ੍ਰੀਏਟ ਕਰਾਂਗਾ ਔਰ ਜਿਹੜੇ ਕਿ ਪ੍ਰਾਈਵੇਸੀ ਦੀ ਕੋਈ ਜਿਨ੍ਹਾਂ ਨੂੰ ਟੈਨਸ਼ਨ ਨਹੀਂ ਤਾਂ ਉਹ ਜਿਹੜੇ ਆਪਣੇ ਓਪਨ ਗਰੁੱਪ ਹੈਗੇ ਆ ਫੀਮੇਲ ਵਾਸਤੇ ਵੀ ਹੈ ਮੇਲ ਵਾਸਤੇ ਵੀ ਹੈ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕ ਚ ਦੋਨੇ ਗਰੁੱਪ ਦੇ ਵਟਸਐਪ ਦੇ ਲਿੰਕ ਦਿੱਤੇ ਆ ਉੱਥੇ ਜਾ ਕੇ ਤੁਸੀਂ ਉਸ ਲਿੰਕ ਤੇ ਜਾ ਕੇ ਉਹਨਾਂ ਗਰੁੱਪ ਨੂੰ ਜੁਆਇਨ ਕਰੋ ਜਿੱਥੇ ਤੁਹਾਨੂੰ ਕਲਾਸਾਂ ਮਿਲਣਗੀਆਂ ਤੇ ਨਾਲ ਹੀ ਜਿਨ੍ਹਾਂ ਨੇ ਟੈਲੀਗ੍ਰਾਮ ਚੈਨਲ ਜੁਆਇਨ ਨਹੀਂ ਕੀਤਾ ਤਾਂ ਉਹ ਟੈਲੀਗ੍ਰਾਮ ਚੈਨਲ ਵੀ ਜੁਆਇਨ ਕਰ ਲਓ ਜਿੱਥੇ ਵੀ ਤੁਹਾਨੂੰ ਉੱਥੇ ਵੀ ਇਨਫੋ ਮਿਲਦੀ ਰਹੇਗੀ ਸੋ ਇਸ ਤੋਂ ਇਲਾਵਾ ਹੁਣ ਤੁਹਾਨੂੰ ਇੱਕ ਚੀਜ਼ ਦੱਸਦੇ ਆ ਜਿਹੜੀਆਂ ਆਪਣੀਆਂ ਫ੍ਰੀ ਕਲਾਸਾਂ ਤੋਂ ਚੱਲਣਗੀਆਂ ਹੀ ਚੱਲਣਗੀਆਂ ਕੰਟੀਨਿਊ ਚੱਲਣਗੀਆਂ ਚਾਹੇ ਕਿਸੇ ਵੀ ਸਬਜੈਕਟ ਹੈ ਚਾਹੇ ਕੰਪਿਊਟਰ ਹੈ ਚਾਹੇ ਤੁਹਾਡੇ ਪੰਜਾਬੀ ਹੈ ਚਾਹੇ ਇੰਗਲਿਸ਼ ਹੈ ਉਹ ਫ੍ਰੀ ਕਲਾਸਾਂ ਚੱਲਣਗੀਆਂ ਉਹਦਾ ਤੁਹਾਡੇ ਕੋਲ ਨੋਟੀਫਿਕੇਸ਼ਨ ਆਊਗਾ ਜਿਹਦੇ ਵਿੱਚ ਆਪਾਂ ਐਮਸੀਕਿਊ ਕੁਐਸਚਨ ਕਰਾਵਾਂਗੇ ਬਟ ਜਿਹੜੀਆਂ ਆਪਣੀਆਂ ਕਨਸੈਪਟ ਵਾਲੀਆਂ ਕੁਐਸਚਨ ਹੋਣਗੇ ਜੀਤੇ ਆਪਾਂ ਬਿਲਕੁਲ ਜ਼ੀਰੋ ਲੈਵਲ ਤੋਂ ਹਾਈ ਲੈਵਲ ਤੱਕ ਮੈਥ ਹੋਈ ਚਾਹੀਏ ਤੁਹਾਡੀ ਰੀਜ਼ਨਿੰਗ ਆ ਚਾਹੀਏ ਤੁਹਾਡੀ ਜੀਕੇ ਹੈਗੀ ਹੈ ਤਾਂ ਜਿਹਦੇ ਵਿੱਚ ਆਪਾਂ ਸਪੈਸ਼ਲ ਕਲਾਸਾਂ ਕਰਾਵਾਂਗੇ ਇਸ ਤੋਂ ਪਹਿਲਾਂ ਵੀ ਆਪਾਂ ਜਿਵੇਂ ਈਟੀਟੀ ਵਾਸਤੇ ਸਪੈਸ਼ਲ ਕਲਾਸਾਂ ਚਲਾਈਆਂ ਸੀ ਜਿਹਦੇ ਵਿੱਚ ਆਪਣੀ ਫੀਸ ਪੂਰੇ ਪੰਜਾਬ ਸਾਬ ਤੋਂ ਘੱਟ ਹੁੰਦੀ ਹੈ ਜਿਹਦੇ ਵਿੱਚ ਤੁਹਾਨੂੰ ਤਿੰਨ ਤੋਂ ਚਾਰ ਟੀਚਰ ਜਿਹੜੇ ਸਟੱਡੀ ਕਰਾਉਂਦੇ ਆ ਜਿਹਦੇ ਵਿੱਚ ਤੁਸੀਂ ਦੇਖੋਗੇ ਆਪਾਂ ਈਟੀਟੀ ਦਾ ਪੇਪਰ ਸੀ ਜਿਹੜਾ ਜਿਹੜੀਆਂ ਕਿ 2364 ਪੋਸਟ ਆਈਆਂ ਸੋ ਉਹਨਾਂ ਦੇ ਵਿੱਚ ਆਪਾਂ ਸਿਰਫ 15 1000 ਚ ਤਿਆਰੀ ਕਰਾਈ ਸੀ 1000 ਚ 7 ਸਬਜੈਕਟਾਂ ਦੀ ਤਿਆਰੀ ਕਰਾਈ ਸੀ ਇਸ ਤਰ੍ਹਾਂ ਪਟਵਾਰੀ ਦੀ 1000 ਚ 7 ਸਬਜੈਕਟਾਂ ਦੀ ਤਿਆਰੀ ਕਰਾਈ ਸੀ ਇਸ ਤਰ੍ਹਾਂ ਮਾਸਟਰ ਕੇਡਰ ਦਾ ਜਿਹੜਾ ਪੇਪਰ ਹੋਇਆ ਸੀ ਪਿੱਛੇ ਐਸਐਸਟੀ ਦਾ ਤਾਂ ਉਹਦੀ ਤਿਆਰੀ ਆਪਾਂ 1500 ਚ ਕਰਾਈ ਸੀ ਜਿਹਦੇ ਵਿੱਚ ਕੈਂਡੀਡੇਟ ਨੇ 150 ਦੇ ਵਿੱਚੋਂ 145 45 ਅੰਕ ਜਿਹੜੇ 15 ਕੈਂਡੀਡੇਟ ਦੇ ਆਏ ਆ ਠੀਕ ਹੈ ਤਾਂ 140 ਵਾਲੇ ਕਾਫੀ ਜ਼ਿਆਦਾ ਨੇ ਠੀਕ ਹੈ ਤਾਂ ਇਸ ਤੋਂ ਇਲਾਵਾ ਜਿਹੜੇ ਆਪਣਾ ਈਟੀਟੀ ਵਾਲਾ 3264 ਵਾਲਾ ਉਹਦੇ ਵਿੱਚ ਲਗਭਗ ਆਪਣੇ ਤਿੰਨ ਸਟੂਡੈਂਟ ਜਿਹਨਾਂ ਦੀ ਸਕਰਟੀ ਨਹੀਂ ਹੋ ਚੁੱਕੀ ਹੈ ਠੀਕ ਹੈ ਤਾਂ ਜਿਨ੍ਹਾਂ ਨੇ ਉਹ ਕੋਰਸ ਜੁਆਇਨ ਕੀਤਾ ਸੀ ਤਾਂ 1000 ਦੇ ਵਿੱਚ ETT ਵਾਲਿਆਂ ਦੇ ਤਿੰਨ ਜਣਾਂ ਦੀ ਆਪਣੀ ਸਕਰੂਟੀ ਨਹੀਂ ਹੋਈ ਹੈ ਤਾਂ ਉਹਨਾਂ ਦੀ ਵੀ ਜਿਹੜਾ ਆਉਣ ਵਾਲੀ ਹੈ ਜੋ ਭਰਤੀ ਪ੍ਰਕਿਰਿਆ ਚੜੂਗੀ ਤਾਂ ਉਹਨਾਂ ਦਾ ਜਲ ਜਰੂਰ ਜਮੈਨਿਕ ਲੈਟਰ ਆ ਜਾਏਗਾ ਠੀਕ ਹੈ ਤੇ ਇਸ ਲਈ ਪਟਵਾਰੀ ਐਗਜ਼ਾਮ ਹਾਈ ਤੱਕ ਹੋਇਆ ਨਹੀਂ ਠੀਕ ਹੈ ਪਟਵਾਰੀ ਐਗਜ਼ਾਮ ਦਾ ਕੋਰਸ ਵੀ ਆਪਣੇ ਕੋਲੇ ਆਲਰੇਡੀ ਰੈਡੀ ਹੈਗਾ ਤਾਂ ਉਹ ਕੋਰਸ ਵੀ ਤੁਸੀਂ ਲੈ ਸਕਦੇ ਹੋ ਜਿਹਦੀ ਫੀਸ ਸਿਰਫ 1000 ਹੀ ਰੱਖੀ ਗਈ ਹੈ ਤਾਂ ਹੁਣ ਜਿਹੜਾ ਇਹ ਆਪਣਾ ਪੁਲਿਸ ਭਰਤੀ ਦਾ ਸਪੈਸ਼ਲ ਬੈਚ ਹੈ ਤਾਂ ਇਹਦੀ ਫੀਸ ਹਾਲੇ ਕਨਫਰਮ ਨਹੀਂ ਹੋਗੀ ਹੁਣ ਤੁਸੀਂ ਆਪ ਹੀ ਸਮਝੋਗੇ ਕਿ ਅਸੀਂ 1000 ਜਾਂ 1500 ਚੀ ਕੋਰਸ ਚਲਾਉਨੇ ਤਾਂ ਇਹਦੀ ਫੀਸ ਵੀ ਕੁਈ ਜ਼ਿਆਦਾ ਨਹੀਂ ਹੋਏਗੀ ਠੀਕ ਹੈ ਆਉਣ ਵਾਲੇ 1-2 ਦਿਨਾਂ ਚ ਅਸੀਂ ਡਿਸਾਈਡ ਕਰ ਦਾਂਗੇ ਠੀਕ ਹੈ ਤਾਂ ਉਹ ਕਲਾਸਾਂ ਵੀ ਤੁਸੀਂ ਲੈ ਸਕਦੇ ਹੋ ਜੇਕਰ ਤੁਸੀਂ ਉਹ ਕਲਾਸਾਂ ਨਹੀਂ ਲੈਣਾ ਚਾਹੁੰਦੇ ਠੀਕ ਹੈ ਤਾਂ ਤੁਸੀਂ MCQ ਵਾਲੀਆਂ ਫ੍ਰੀ ਕਲਾਸਾਂ ਆਪਣੀਆਂ ਚੱਲਣਗੀਆਂ ਤਾਂ ਉੱਥੋਂ ਤੁਸੀਂ ਤਿਆਰੀ ਕਰ ਸਕਦੇ ਹੋ ਪਰ ਸਾਨੂੰ ਇਸ ਟਾਈਮ ਇੰਨੀ ਕ ਮਿਹਨਤ ਕਰਨੀ ਪੈਣੀ ਹੈ ਕਿਉਂਕਿ ਬਹੁਤ ਹੀ ਜ਼ਿਆਦਾ ਹਾਰਡ ਵਰਕਿੰਗ ਕਰਨੀ ਪੈਣੀ ਹੈ ਤਾਂ ਕਿ ਅਸੀਂ ਪੰਜਾਬ ਗਵਰਨਮੈਂਟ ਜੌਬ ਪ੍ਰਾਪਤ ਕਰਾਂਗੇ ਕਿਉਂਕਿ ਕੰਪੀਟੀਸ਼ਨ ਬਹੁਤ ਟਫ ਟਫ ਹੋਣ ਵਾਲਾ ਹੈ ਕਿਉਂਕਿ ਇਸ ਦੇ ਵਿੱਚ ਪੂਰੇ ਪਲੱਸ 2 ਵਾਲੇ ਭਰਨਗੇ ਪੂਰੇ ਜਿੰਨੇ ਟੀਚਰ ਨੇ ਜਿੰਨੇ ਬੇਰਜ਼ਗਾਰ ਹੈ ਹਰ ਇੱਕ ਡਿਪਾਰਟਮੈਂਟ ਦੇ ਜਿਹੜੇ ਬੱਚੇ ਐ ਇਸ ਪੋਸਟ ਨੂੰ ਭਰਨਗੇ ਇਸ ਕਰਕੇ ਕੰਪੀਟੀਸ਼ਨ ਬਹੁਤ ਟਫ ਹੋਏਗਾ ਤਾਂ ਸਾਨੂੰ ਦਿਨ ਰਾਤ ਪੜ੍ਹਨ ਦੀ ਜ਼ਰੂਰਤ ਹੈ ਤੇ ਅਸੀਂ ਤੁਹਾਨੂੰ ਗਾਈਡ ਕਰਦੇ ਰਹਾਂਗੇ ਠੀਕ ਹੈ ਜੀ ਸੋ ਇਨਫੋ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਸੋ ਮਿਲਾਂਗੇ ਨੈਕਸਟ ਕਿਸੇ ਹੋਰ ਨਵੇਂ ਵੀਡੀਓ ਤੇ ਤੁਹਾਡਾ ਕੋਈ ਵੀ ਸੈਸ਼ਨ ਹੈ ਤਾਂ ਕਮੈਂਟ ਕਰਕੇ ਜਰੂਰ ਦੱਸ ਦਿਓ ਸੋ ਜਿਹੜੇ ਤੁਹਾਨੂੰ ਲਿੰਕ ਦਿੱਤੇ ਆ ਓਪਨ WhatsApp ਗਰੁੱਪ ਵਾਲੇ ਠੀਕ ਹੈ ਜਿਹੜੇ ਪ੍ਰਾਈਵੇਸੀ ਚਾਹੁੰਦੇ ਆ ਤਾਂ ਉਹਨਾਂ ਵਾਸਤੇ ਸਪੈਸ਼ਲ ਨੰਬਰ ਹੈਗਾ ਦੁਬਾਰਾ ਮੈਂ ਨੋਟ ਕਰਾ ਦਿੰਦਾ ਨਾ ਨੰਬਰ ਹੈ ਠੀਕ ਹੈ 98787 98787 31752 ਠੀਕ ਹੈ ਇਸ ਨੰਬਰ ਤੇ ਓਨਲੀ WhatsApp SMS ਕਰਕੇ ਫੀਮੇਲ ਦੇ ਲਈ ਠੀਕ ਹੈ ਸਪੈਸ਼ਲ ਵੈਸੇ ਇਨਫੋ ਮੇਲ ਵੀ ਲੈ ਸਕਦੇ ਹੋ ਕੋਈ ਪਰ ਜੇਕਰ ਤੁਸੀਂ ਪ੍ਰਾਈਵੇਸੀ ਵਾਲੇ ਗਰੁੱਪ ਚ ਸ਼ਾਮਲ ਹੋਣਾ ਚਾਹੁੰਦੇ ਹੋ ਤਾਂ ਫੀਮੇਲ ਵਾਸਤੇ ਜਿਹੜਾ ਤੁਹਾਨੂੰ ਦੱਸਿਆ ਆਪਣਾ ਨਾਮ ਲਿਖ ਕੇ ਆਪਣੇ ਡਿਸਟ੍ਰਿਕਟ ਦਾ ਨੇਮ ਲਿਖ ਕੇ ਆਪਣੀ ਜਿਹੜੀ ਪੋਸਟ ਦਾ ਨਾਮ ਲਿਖ ਕੇ ਤੁਸੀਂ ਮੈਸੇਜ ਕਰ ਸਕਦੇ ਹੋ ਤਾਂ ਕਿ ਤੁਹਾਡਾ ਇੱਕ ਪ੍ਰਾਈਵੇਸੀ ਵਾਲਾ ਓਨਲੀ ਫੀਮੇਲ ਵਾਸਤੇ ਗਰੁੱਪ ਵੀ ਜਿਹੜਾ ਪੰਜਾਬ ਪੁਲਿਸ ਦੀ ਭਰਤੀ ਦਾ ਬਣਾ ਦਿੱਤਾ ਜਾਏਗਾ ਠੀਕ ਹੈ ਜੀ ਸੋ ਧੰਨਵਾਦ ਥੈਂਕ ਯੂ ਬਾਏ ਬਾਏ ਟੇਕ ਕੇਅਰ